ਦੋਸਤੋ, ਟੈਕਨੀਕਲ ਜੋਬ ਪੁਆਇੰਟ ਚੈਨਲ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸ ਫਰੀਦਕੋਟ ਦੇ ਵੱਲੋਂ ਅੱਜ 27 ਜੂਨ 2024 ਨੂੰ ਵੱਖ ਵੱਖ ਪੋਸਟਾਂ ਦੇ ਸੰਬੰਧੀ ਤਾਜ਼ਾ ਅਪਡੇਟ ਆਈ ਹੈ ਜੀ, ਜੋ ਕਿ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇਗੀ। ਹੁਣੇ ਹੁਣੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਜਾਣਕਾਰੀ ਡਿਟੇਲ ਦੇ ਵਿੱਚ ਦਿੱਤੀ ਜਾਵੇਗੀ। ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖਿਓ। ਪੰਜਾਬ ਦੇ ਵਿੱਚ ਆਉਣ ਵਾਲੀਆਂ ਸਰਕਾਰੀ ਨੌਕਰੀਆਂ, ਪ੍ਰਾਈਵੇਟ ਨੌਕਰੀਆਂ ਅਤੇ ਪਲ-ਪਲ ਦੀ ਅਪਡੇਟ ਦੇ ਲਈ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ। ਇਸ ਦਾ ਲਿੰਕ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲੇਗਾ। ਦੋਸਤੋ, ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਓ, ਤਾਂ ਜੋ ਅੱਗੇ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ। ਚਲੋ ਦੋਸਤੋ, ਚੱਲਦੇ ਹਾਂ ਜੀ ਨੋਟੀਫਿਕੇਸ਼ਨ ਦੇ ਉੱਪਰ। ਹਾਂਜੀ ਦੋਸਤੋ, ਅੱਜ ਦਾ ਨੋਟੀਫਿਕੇਸ਼ਨ ਬਾਬਾ ਫਰੀਦ ਯੂਨੀਵਰਸਿਟੀ ਤੋਂ ਆਊਟ ਕੀਤਾ ਗਿਆ ਜੀ। ਦੋਸਤੋ, ਪੋਸਟ ਨੰਬਰ 1 ਹੋਸਟਲ ਵਾਰਡਨ ਗ੍ਰੇਡ 2, ਇਸ ਦੀਆਂ ਟੋਟਲ 3 ਪੋਸਟਾਂ ਸੀ, ਅਤੇ ਦੂਸਰੀ ਪੋਸਟ ਹੈ ਜੀ ਟੈਕਨੀਕਲ ਅਸਿਸਟੈਂਟ ਦੀ, ਇਸ ਦੀ 1 ਪੋਸਟ ਸੀ। ਇਹਨਾਂ ਦਾ ਪੇਪਰ 28/5/2024 ਨੂੰ ਲਿਆ ਗਿਆ ਸੀ। ਐਡਵਰਟਾਈਜ਼ਮੈਂਟ ਨੰਬਰ 8/2023 ਦੇ ਅਕੋਰਡਿੰਗ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਸੀ ਬਾਬਾ ਫਰੀਦ ਯੂਨੀਵਰਸਿਟੀ ਦੇ ਵੱਲੋਂ। ਹੁਣ ਦੋਸਤੋ, 3 ਜੁਲਾਈ 2024 ਨੂੰ ਸਵੇਰੇ 10 ਵਜੇ ਹੋਸਟਲ ਵਾਰਡਨ ਗ੍ਰੇਡ 2 ਅਤੇ ਟੈਕਨੀਕਲ ਅਸਿਸਟੈਂਟ ਬਲੱਡ ਬੈਂਕ, ਇਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ। ਰਿਜ਼ਲਟ ਇੱਥੇ ਆਊਟ ਕਰ ਦਿੱਤਾ ਗਿਆ ਹੈ। ਕਿਹੜੇ ਕਿਹੜੇ ਬੱਚੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਜਾਣਗੇ, ਉਹਨਾਂ ਦਾ ਇੱਥੇ ਰੋਲ ਨੰਬਰ, ਕੈਂਡੀਡੇਟ ਨੇਮ, ਫਾਦਰ ਨੇਮ, ਕੈਟਾਗਰੀ ਅਤੇ ਉਹਨਾਂ ਦੇ ਮਾਰਕਸ ਮੈਂਸ਼ਨ ਕੀਤੇ ਗਏ ਨੇ। ਤੁਸੀਂ ਆਪਣਾ ਰਜਿਸਟ੍ਰੇਸ਼ਨ ਨੰਬਰ ਦੇਖ ਕੇ ਅਤੇ ਨਾਮ ਤੋਂ ਚੈੱਕ ਕਰ ਸਕਦੇ ਹੋ। 2 ਤਰ੍ਹਾਂ ਦੀਆਂ ਪੋਸਟਾਂ ਸੀ, ਹੋਸਟਲ ਵਾਰਡਨ ਅਤੇ ਟੈਕਨੀਕਲ ਬਲੱਡ ਬੈਂਕ ਦੀ। ਜਿਹੜੇ ਜਿਹੜੇ ਤੁਸੀਂ ਡਾਕੂਮੈਂਟ ਨਾਲ ਲੈ ਕੇ ਜਾਣੇ ਨੇ ਉਹ ਇੱਥੇ ਮੈਂਸ਼ਨ ਕੀਤੇ ਗਏ ਨੇ, ਇਹ ਤੁਸੀਂ ਇੱਕ ਵਾਰ ਚੰਗੀ ਤਰ੍ਹਾਂ ਰੀਡ ਕਰ ਲਿਓ। ਕਾਉਂਸਲਿੰਗ ਦੀ ਜੋ ਫੀਸ ਹੈ ਜੀ 1000 ਰੁਪਏ ਹੋਵੇਗੀ, ਅਤੇ SC ਕੈਂਡੀਡੇਟਸ ਦੀ 500 ਰੁਪਏ ਰੱਖੀ ਗਈ ਹੈ। ਹੋਰ ਵੀ ਇਹਨਾਂ ਦੀਆਂ ਟਰਮ ਐਂਡ ਕੰਡੀਸ਼ਨਸ ਨੇ, ਇਹ ਤੁਸੀਂ ਜ਼ਰੂਰ ਰੀਡ ਕਰਿਓ। ਨੋਟੀਫਿਕੇਸ਼ਨ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਦੇ ਵਿੱਚ ਦੇ ਦਿੱਤਾ ਗਿਆ ਹੈ। ਉਮੀਦ ਕਰਦਾ ਦੋਸਤੋ, ਮੇਰੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਲਾਈਕ ਕਰ ਦਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।